ਕਾਲੀ ਕਬੱਡੀ ਦੇ ਖੇਡ ਮੈਦਾਨ ਅੰਦਰ ਪਹੁੰਚਦਾ ਕਰ ਦਿਓ ਜੀ, ਕਾਲੀ ਕਬੱਡੀ ਦੇ ਖੇਡ ਮੈਦਾਨ ਅੰਦਰ ਪਹੁੰਚਦਾ ਕਰ ਦਿਓ ਜੀ। ਅਫੀਸ਼ੀਅਲ ਵੀਰਾਂ ਨੂੰ ਬੇਨਤੀ ਹੈ, ਜਿਨ੍ਹਾਂ ਵੀਰਾਂ ਦੀ ਡਿਊਟੀ ਹੈ ਕਾਲੀ ਜਿਹੜੀ ਕਬੱਡੀ ਦੇ ਖੇਡ ਮੈਦਾਨ ਅੰਦਰ ਪਹੁੰਚਦੀ ਕਰ ਦਿਓ ਮੇਰੇ ਵੀਰ। ਉਧਰ ਵੀਰ ਜੀ ਸਾਢੇ ਬਾਰਾਂ ਤੇ ਤੇਰਾਂ ਸਾਡੇ ਵੀਰ ਕਹਿੰਦੇ ਹੋਣਗੇ, ਸਾਢੇ ਬਾਰਾਂ ਤੇ ਤੇਰਾਂ, ਨਹੀਂ ਤੇ ਕਹਿੰਦੇ ਮੈਚ ਜਿਹੜਾ ਬਰੋਬਰੀ ਤੇ ਛੁੱਟ ਜਾਵੇਗਾ। ਸਾਢੇ ਬਾਰਾਂ ਤੇ ਤੇਰਾਂ ਕਬੱਡੀ ਦੇ ਖੇਡ ਮੈਦਾਨ ਅੰਦਰ ਲੋ ਦੋਨੋਂ ਟੀਮਾਂ ਇਸ ਸਮੇਂ ਤਿਆਰ ਪਰ ਤਿਆਰ ਨੇ। ਹੈਲੋ ਬਈ ਲਵਲੇ, ਇਹਨਾਂ 10 ਵਜੇ ਦੇ ਅੱਧੇ ਨੰਬਰ ਦਾ ਫਰਕ ਹੋਊਗਾ, ਇੱਕ ਗ੍ਰੇਡ ਦੇਣੀ ਆ, ਜਿਹੜੀ ਟੀਮ ਜਿੱਤਦੀ ਉਹਦੀ ਰੇਟ ਪਹਿਲਾਂ ਪਾਉਣੀ ਆ। ਬਈ ਦਰਸ਼ਕ ਵੀਰਾਂ ਨੂੰ ਤੇ ਖਿਡਾਰੀਆਂ ਨੂੰ ਬੇਨਤੀ ਕਰਦੇ ਹਾਂ, ਲੰਗਰ ਸਕੂਲ ਦੇ ਵਿੱਚ ਚੱਲਦਾ ਤੇ ਉੱਥੇ ਪਹੁੰਚ ਕਰਕੇ ਲੰਗਰ ਛਕਣ ਦੀ ਕਿਰਪਾਲਤਾ ਕਰੋ। ਜੀ ਟੀ ਰੋਡ ਤੇ ਜਾਮ ਨਾ ਲਾਓ, ਗੱਡੀਆਂ ਸਾਈਡ ਤੇ ਬਣੀਆਂ ਪਾਰਕਿੰਗ ਉੱਥੇ ਪਾਰਕ ਦੇ ਵਿੱਚ ਲਾਓ। ਲਓ ਇਸ ਸਮੇਂ ਕੁਲਵੀਰ ਕਬੱਡੀ ਦੇ ਖੇਡ ਮੈਦਾਨ ਅੰਦਰ ਤਕੜਾ ਪੁਆਇੰਟ ਆਪਣੇ ਖਾਤੇ ਵਿੱਚ ਜੁੜਦਾ ਹੋਇਆ, ਚੱਲ ਵੀ ਨੌਜਵਾਨਾਂ ਪਾ ਕਬੱਡੀ ਕਬੱਡੀ ਦੇ ਖੇਡ ਮੈਦਾਨ ਅੰਦਰ ਸ਼ੇਰੇ ਦੀ ਪਈ ਹੀ ਕਬੱਡੀ ਤੇ ਉਧਰ ਚਾਰ ਝਾਫੀ ਤਿਆਰ ਬਰ ਤਿਆਰ ਨੇ ਮੇਰੇ ਵੀਰ। ਇੱਕ ਸਾਈਡ ਤੇ ਬੂਗਾ ਤੇ ਦੂਸਰੀ ਸਾਈਡ ਤੇ ਮੀਓਵਾਲ ਦੀ ਟੀਮ ਕਬੱਡੀ ਦੇ ਖੇਡ ਮੈਦਾਨ ਅੰਦਰ। ਲਓ ਸਿੰਘ ਜੀ ਕਬੱਡੀ ਦੇ ਖੇਡ ਮੈਦਾਨ ਅੰਦਰ ਸਿੰਘ ਜੀ ਕਿੰਗ ਕਰਦਾ ਹੈ ਡੱਕਣ ਦੀ ਗੱਲ, ਸ਼ੇਰਾ ਕਦੀ ਸੱਜੇ ਕਦੀ ਖੱਬੇ ਕਿ ਬਾਜ ਵਰਗੀ ਨਿਗਾਹ ਹੁੰਦੀ ਹੈ ਜਿਹੜੇ ਧਾਵੀਆਂ ਦੀ, ਉਹ ਹੱਥ ਜਾਫੀ ਨੂੰ ਲਾ ਹੀ ਜਾਂਦੇ ਨੇ। ਲੰਘੇ ਆਣੀਆਂ ਜੋਧਿਆ ਉਹ ਦਿਨ ਚਾਰ ਜਵਾਨੀ ਦੇ ਛਾਏ ਜਾਂਦੇ ਨੇ। ਵੇ ਮੈਂ ਤੇਰਾ ਖਤਰੇ ਦਾ ਘੁੱਗੂ ਬੋਲ ਗਿਆ, ਉਧਰ ਖਤਰੇ ਦਾ ਘੁੱਗੂ ਬੋਲ ਗਿਆ ਮੇਰੇ। ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਗੱਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਗੱਲੇ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਉਧਰ ਭੁੱਖੇ ਬਘਿਆੜਾ ਵਰਗੇ ਮੇਰੇ ਵੀਰ ਤਿਆਰ ਬਰ ਤਿਆਰ ਨੇ। ਲਓ ਇਸ ਸਮੇਂ ਆਪਾਂ ਤੱਕਾਂਗੇ ਕਿਸ ਖਿਡਾਰੀ ਨਾਲ ਮੁਕਾਬਲਾ ਹੋਵੇਗਾ, ਕੌਣ ਟੱਕਣ ਦੀ ਗੱਲ ਕਰੇਗਾ, ਕੌਣ ਲੋਕਾਂ ਨੂੰ ਨੱਚਣ ਤੇ ਮਜਬੂਰ ਕਰੇਗਾ। ਉਧਰ ਦੋ ਨੰਬਰ ਤੋਂ ਮੇਰੇ ਵੀਰ ਇਸ ਸਮੇਂ ਗੱਭਰੂ ਨੇ ਤਕੜਾ ਜੱਫਾ ਭਰ ਦਿੱਤਾ, ਕਹਿੰਦੇ ਦੋ ਨੰਬਰ ਦਾ ਧੰਦਾ ਮਾੜਾ, ਦੋ ਨੰਬਰ ਦਾ ਬੰਦਾ ਮਾੜਾ ਮੇਰੇ ਵੀਰ। ਇਸ ਸਮੇਂ ਕਬੱਡੀ ਦੇ ਖੇਡ ਮੈਦਾਨ ਅੰਦਰ ਚੱਲਦਾ ਹੈ ਕਬੱਡੀ ਦਾ ਤਕੜਾ, ਤੇ ਉਧਰ ਉਮਰ 65 ਸਾਲ 120 ਸੈਕਿੰਡ ਸਿਰ ਤੇ ਪੁੱਠਾ ਖੜਾ ਹੋਵਾਂਗਾ ਪਿੰਡ ਰਾਮਪੁਰ ਦਲਵੀਰ ਸਿੰਘ, ਪਿੰਡ ਰਾਮਾ ਦਲਵੀਰ ਸਿੰਘ। ਇਸ ਖਿਡਾਰੀ ਦਾ ਵੀ ਮਾਣ ਸਤਿਕਾਰ ਜਿਹੜਾ ਆਪਾਂ ਜ਼ਰੂਰ ਕਰਾਂਗੇ। ਲਓ ਕਬੱਡੀ ਦੇ ਖੇਡ ਮੈਦਾਨ ਅੰਦਰ ਚੱਲਦਾ ਹੈ ਕਬੱਡੀ ਦਾ ਸ਼ਾਨਦਾਰ ਮੁਕਾਬਲਾ, ਚੱਲ ਵੀ ਗੱਭਰੂਗਾ ਪਾ ਕਬੱਡੀ। ਲਓ ਕੁਲਵੀਰ ਇੱਕ ਵਾਰੀ ਫਿਰ ਤੋਂ ਮੇਰੇ ਵੀਰ ਅਗਲੀ ਕਬੱਡੀ ਵਾਧਾ ਹੋਇਆ, ਭਾਰਾ ਸਰੀਰ ਹੈ ਕਿ ਪੱਟਾਂ ਦੇ ਨਾਲ ਪੱਟ ਨੇ ਖੇਂਦੇ, ਡੌਲਿਆਂ ਨੂੰ ਯਾਰ ਹੱਥ ਨਾ ਪੈਂਦੇ। ਇਹ ਕਿਹੜੇ ਪਿੰਡ ਦੇ ਗੱਭਰੂ, ਲੋਕੀ ਉਂਗਲਾਂ ਕਰ ਕਰ ਪੁੱਛਦੇ ਨੇ, ਜਦ ਗਜ ਗਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨ ਦੇ ਬੁੱਕਦੇ ਨੇ, ਜਦ ਗਜ ਗਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨ ਦੇ ਬੁੱਕਦੇ ਨੇ। ਕੁਲਵੀਰ ਦੀ ਪਾਈ ਹੀ ਕਬੱਡੀ ਕਿ ਗੱਡੀ ਪਹੁੰਚ ਗਈ ਆ ਸਟੇਸ਼ਨ ਤੇ, ਪਾਸੇ ਹੋ ਜਾਵੇ ਬਾਬੂ ਸਾਨੂੰ ਮਾਈਆ ਵੇਖਣ ਦੇ, ਪਾਸੇ ਹੋ ਜਾਵੇ ਬਾਬੂ ਸਾਨੂੰ ਮਾਈਆ ਦੇ। ਚੱਲ ਵੀ ਗੱਭਰੂਆ ਪਾ ਕਬੱਡੀ ਸ਼ੇਰਿਆ, ਜੇ ਇੱਕ ਜੱਫਾ ਲੱਗਾ ਨਾ ਘਬਰਾ ਦੋਸਤਾ, ਜਾਫੀ ਆਏ ਨੇ ਖੇਡ ਮੈਦਾਨ ਵਿੱਚ ਜੱਫੇ ਲਾਉਣ ਦੇ ਲਈ, ਕੁੱਟ ਪਾਣੀ ਦੀ ਪੀਤੇ ਹੋ ਤਕੜਾ।
ਜਿਹੜਾ ਯਾਰ ਅਗਲੀ ਕਬੱਡੀ ਪਾਉਣ ਦੇ ਰਹੀ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਗੋਰਾ ਨਿਸ਼ੋ ਰੰਗ ਹੈ ਗੱਭਰੂ ਦਾ ਉਧਰ ਪੁੱਠੀ ਪੈ ਗਈ ਆ ਕਿ ਸਾਡੇ ਦੰਦ ਚੀਣ ਦੀ ਕੰਧ ਜਿਹੀ ਮਜ਼ਬੂਤੀ ਨਹੀਂ ਜਦ ਪੁੱਠੀ ਪੈ ਜੇ ਰੇਡਰ ਨੂੰ ਇਹ ਤੋਂ ਵੱਧ ਕੀ ਗੱਲ ਕਸੂਤੀ ਜੀ ਜਦ ਪੁੱਠੀ ਪੈ ਜੇ ਰੇਡਰ ਨੂੰ ਇਹ ਤੋਂ ਵੱਧ ਕੀ ਗੱਲ ਕਸੂਤੀ ਜੀ ਲਓ ਸਾਹਮਣੇ ਸਮੇਂ ਲੱਖਾਂ ਜਾਂ ਪੁਆਇੰਟ ਗੱਭਰੂ ਆਪਣੇ ਖਾਤੇ ਵਿੱਚ ਜੋੜਦਾ ਹੋਇਆ ਕਿ ਗੱਭਰੂ ਨੇ ਰੇਲ ਰੋਕ ਲਈ ਅੱਗੇ ਸੁੱਟ ਕੇ ਦੂਧ ਦਾ ਮੋਛਾ ਗੱਭਰੂ ਰੋਕ ਲਈ ਅੱਗੇ ਸੁੱਟ ਕੇ ਦੂਧ ਦਾ ਮੋਛਾ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਇਸ ਸਮੇਂ ਛੋਟਾ ਗੱਲਾ ਕਬੱਡੀ ਪਾਉਣ ਦੇ ਲਈ ਵੱਧਦਾ ਹੋਇਆ ਕਬੱਡੀ ਦੇ ਖੇਡ ਮੈਦਾਨ ਅੰਦਰ ਛੋਟੇ ਗੱਲੇ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀਆਂ ਦੇ ਵਿੱਚ ਇੱਕ ਸਾਈਡ ਤੇ ਗੱਭਰੂ ਕਰਦਾ ਹੈ ਡੱਕਣ ਦੀ ਗੱਲ ਕਦੀ ਸੱਜੇ ਕਦੀ ਖੱਬੇ ਕਦੀ ਉੱਤੇ ਕਦੀ ਥੱਲੇ ਨਹੀਂ ਰੀਸਾਂ ਉੱਧਰ ਗੱਭਰੂ ਐਨ ਢਾ ਕੇ ਉੱਪਰ ਬੈਠ ਗਿਆ ਜਿਵੇਂ ਭਈਆ ਰੇੜੀ ਤੇ ਪੰਡ ਰੱਖ ਕੇ ਬੈਠਾ ਹੁੰਦਾ ਲੱਖਾਂ ਜਾਂ ਪੁਆਇੰਟ ਇਸ ਸਮੇਂ ਜਾਫੀ ਦੇ ਖਾਤੇ ਵਿੱਚ ਜੁੜਦਾ ਹੋਇਆ ਲੱਖਾਂ ਜਾਂ ਪੁਆਇੰਟ ਜਾਫੀ ਦੇ ਖਾਤੇ ਵਿੱਚ ਜੁੜਦਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ ਇਸ ਸਮੇਂ ਜੱਗਾ ਕਬੱਡੀ ਦੇ ਖੇਡ ਮੈਦਾਨ ਅੰਦਰ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਲਿਸ਼ਕੀ ਤੇ ਪਿੰਡੇ ਪੈਣ ਪੱਟਾਂ ਵਿੱਚ ਗੁੱਗੀਆਂ ਸਾਨਾਂ ਵਾਲੇ ਪੇੜਾਂ ਵਿੱਚ ਤਾਕਤਾਂ ਨੇ ਗੁੱਜੀਆਂ ਕਿ ਸਾਨਾਂ ਵਾਲੇ ਪੇੜਾਂ ਵਿੱਚ ਤਾਕਤਾਂ ਨੇ ਗੁੱਜੀਆਂ ਲਓ ਕਬੱਡੀ ਦੇ ਖੇਡ ਮੈਦਾਨ ਅੰਦਰ ਚੱਲਦਾ ਹੈ ਕਬੱਡੀ ਦਾ ਸ਼ਾਨਦਾਰ ਮੁਕਾਬਲਾ ਕਬੱਡੀ ਗੱਲਾ ਪਾਉਣ ਦੇ ਲਈ ਵਾਧਾ ਹੋਇਆ ਗੱਲੇ ਦੀ ਪਾਈ ਹੋਈ ਕਬੱਡੀ ਚਿੱਟੇ ਰੰਗ ਦੀ ਨਿੱਕਰ ਹੈ ਕਿ ਗੁੰਦੇ ਪੱਟਾਂ ਤਾਂ ਜੱਜੇ ਹਰ ਤਰ੍ਹਾਂ ਦਾ ਇੱਕ ਅੱਛਾ ਕਿਤੇ ਚੱਲੇ ਤਕਨੀਕ ਕਿਤੇ ਚੱਲਦਾ ਹੈ ਧੱਕਾ ਕਰਦਾ ਕਬੱਡੀ ਨੂੰ ਪੰਜਾਬ ਦਾ ਪਿਆਰ ਬੱਚਾ ਬੱਚਾ ਕਰਦਾ ਭਾਈ ਸਪਰੋੜ ਤੋਂ ਨਿਰਮਲ ਸਿੰਘ ਇੱਥੇ ਪਹੁੰਚੇ ਆ ਕੁਲਦੀਪ ਸਿੰਘ ਬਾਂਸਲੋ ਦੀ ਵੇਟ ਕਰ ਰਹੇ ਆ ਮਿਹਰਬਾਨੀ ਕਰਕੇ ਸਪਰੋੜ ਨਿਰਮਲ ਸਿੰਘ ਕੁਲਦੀਪ ਸਿੰਘ ਬਾਂਸਲੋ ਮੈਨੇਜਰ ਕਿਰਪਾਲ ਦਾ ਗੱਲ ਲਓ ਕਬੱਡੀ ਦੇ ਖੇਡ ਮੈਦਾਨ ਅੰਦਰ ਇਸ ਸਮੇਂ ਛੋਟਾ ਕੱਦ ਹੈ ਗੱਭਰੂ ਦਾ ਛੋਟੇ ਕੱਦ ਦੇ ਵਿੱਚ ਪਾਈ ਹੋਈ ਕਬੱਡੀ ਪਿਆ ਜਿਹੜਾ ਲੰਗਰ ਅਸੀਂ ਲਿਆਂਦਾ ਇਹ ਪ੍ਰਬੰਧਕਾਂ ਵਾਸਤੇ ਲਿਆਂਦਾ ਸਿਆਣੇ ਬੰਦੇ ਲਿਆਂਦਾ ਇਹ ਨੇ ਵੀ ਅਸੀਂ ਬਾਹਰਲੇ ਬੰਦੇ ਲਿਆਂਦਾ ਜਾਂ ਅਸੀਂ ਵੀ ਪਲੇਅਰ ਪਲੇਅਰਾਂ ਲਈ ਲਿਆਂਦਾ ਇਹ ਲੰਗਰ ਉੱਥੇ ਜਾ ਕੇ ਛਕੋ ਉੱਥੇ ਤੁਹਾਡੇ ਲਈ ਲਾਇਆ ਲੰਗਰ ਹੀ ਲਾਇਆ ਛਕਣ ਵਾਸਤੇ ਲਾਇਆ ਉੱਧਰ ਰੱਬ ਰੂਪੀ ਦਰਸ਼ਕਾਂ ਨੇ ਵੀ ਤਾੜੀਆਂ ਜਿਹੜੀਆਂ ਮਾਰ ਦਿੱਤੀਆਂ ਵਾ ਤੇ ਲੱਖਾਂ ਜਾਂ ਪੁਆਇੰਟ ਇਸ ਸਮੇਂ ਗੱਭਰੂ ਆਪਣੇ ਖਾਤੇ ਵਿੱਚ ਜੋੜਦਾ ਹੈ ਚੱਲ ਵੀ ਕੁਲਵੀਰ ਸਿੰਘ ਪਾ ਕਬੱਡੀ ਚੌੜੀ ਛਾਤੀ ਉੱਤੇ ਮਾਣਨੀ ਜਿਗਰਾ ਬਥੇਰਾ ਸ਼ੇਰ ਜਿੰਨੀ ਜਾਣਨੀ ਜਿਗਰਾ ਬਥੇਰਾ ਸ਼ੇਰ ਜਿੰਨੀ ਜਾਣਨੀ ਲਓ ਸ਼ੇਰ ਜਿੰਨੀ ਜਾਣ ਮਾਲਕ ਹੈ ਗੱਭਰੂ ਇਸ ਸਮੇਂ ਕਬੱਡੀ ਦੇ ਖੇਡ ਮੈਦਾਨ ਅੰਦਰ ਇੱਕ ਸਾਈਡ ਤੇ ਕੀਤਾ ਹਲਕਾ ਟੱਚ ਭੱਜਿਆ ਆਉਂਦਾ ਮਿਰਜੇ ਦੀ ਬੱਕੀ ਵਾਂਗੂ ਕਿ ਪੈਣਗੇ ਭੰਗੜੇ ਤੇ ਢੋਲ ਅੱਜ ਵੱਜੂਗਾ ਮਿਰਜੇ ਦੀ ਬੱਕੀ ਵਾਂਗੂ ਕੌਣ ਭੱਜੂਗਾ ਮਿਰਜੇ ਦੀ ਬੱਕੀ ਵਾਂਗੂ ਕੌਣ ਅੱਜ ਭੱਜੂਗਾ ਚੱਲ ਵੀ ਸ਼ੇਰਿਆ ਪਾ ਕਬੱਡੀ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਸ਼ੇਰੇ ਦੀ ਪਈ ਹੋਈ ਕਬੱਡੀ ਸ਼ੇਰਿਆ ਐਸ ਵਾਰੀ ਨੀ ਗੱਭਰੂ ਆ ਫੜ ਹੁਣ ਤਕੜਾ ਹੋ ਜਾ ਲਓ ਸਾਹਮਣੇ ਇਸ ਸਮੇਂ ਇੱਕ ਸਾਈਡ ਤੇ ਗੱਭਰੂ ਐਨ ਪੱਟੀ ਲੱਗਿਆ ਹੋਇਆ ਕਬੱਡੀ ਦੇ ਖੇਡ ਮੈਦਾਨ ਅੰਦਰ ਫੜਿਆ ਹੋਇਆ ਗੁੱਟ ਕਹਿੰਦਾ ਸਾਡੂਗਾ ਹੁਣ ਛੁੱਟ ਕਬੱਡੀ ਦੇ ਖੇਡ ਮੈਦਾਨ ਅੰਦਰ ਉਧਰ ਕੈਂਚੀ ਚੜ ਦਿੱਤੀ ਹੈ ਗੁੱਟ ਫੜਿਆ ਹੋਇਆ ਨਹੀਂ ਰੀਸ ਕਿ ਜਿੰਦਰਾ ਜੰਗਾਲ ਖਾ ਗਿਆ ਦਾ ਜਾਨੀ ਜਿੰਦਰਾ ਜੰਗਾਲ ਖਾ ਗਿਆ ਕੁੰਜੀ ਲੈ ਗਿਆ ਦਿਲਾਂ ਦਾ ਜਾਨੀ ਲੱਖਾਂ ਜਾਂ ਪੁਆਇੰਟ ਇਸ ਸਮੇਂ ਜਾਫੀ ਦੇ ਖਾਤੇ ਵਿੱਚ ਜੁੜਦਾ ਹੈ ਉਧਰ ਬੂਏ ਦੀ ਟੀਮ ਜਿੰਨੇ ਲਾਊਗੀ ਪਾਲੇ ਮੌਲੀ ਵੱਲੋਂ ਕਹਿੰਦੇ ਉਹਨੇ ਪੰਜ ਪੰਜ ਸੌ ਦੇ ਵੀਰ ਉਹਨੇ ਪੰਜ ਸੌ ਦੇ ਉਹਨੇ ਸੌ ਸੌ ਦੇ ਨੋਟ ਬੂਏ ਦੀ ਟੀਮ ਜਿੰਨੇ ਵੀ ਜੱਫੇ ਲਾਵੇਗੀ ਲਓ ਵੱਡੇ ਮਾਨ ਸਨਮਾਨ ਹੈ ਕਿ ਦੁਨੀਆ ਪੈਸੇ ਦੀ ਦੁਨੀਆ ਪੈਸੇ ਦੀ ਗੱਲ ਸੱਚੀ ਆ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਜਾਂਦੀ ਨੱਚੀ ਆ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਆ ਲਓ ਸਾਹਮਣੇ ਸਿੱਖ ਸਰਦਾਰ ਹੈਪੀ ਦੀ ਪਾਈ ਹੋਈ ਕਬੱਡੀ ਕਬੱਡੀ ਦੇ ਖੇਡ ਮੈਦਾਨ ਅੰਦਰ ਡਬਲ ਟੈਕ ਦੇ ਇਸ਼ਾਰੇ ਮਿੰਦੋ ਵੀ ਪੈ ਗਈ ਛਿੰਦੋ ਵੀ ਪੈ ਗਈ ਸਾਰਾ ਹੀ ਟੱਬਰ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਕਿਹਦਾ ਕਿਹਦਾ ਮਾਣ ਰੱਖ ਲਾ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਕਿਹਦਾ ਕਿਹਦਾ ਮਾਣ ਰੱਖ ਲਾ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਇਸ ਸਮੇਂ ਗੱਲੇ ਦੀ ਪਾਈ ਹੋਈ ਕਬੱਡੀ ਤੇ ਫੱਤੋਵਾਲ ਦਾ ਸੋਨੂੰ ਪੁੱਜਾ ਹੋਇਆ ਸਾਡਾ ਵੀਰ ਕਬੱਡੀ ਦਾ ਮਹਾਨ ਲੇਖਕ ਉਸ ਵੀਰ ਦਾ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਫੱਤੋਵਾਲ ਦਾ ਸੋਨੂੰ ਕਹਿੰਦਾ ਕਈ ਵਾਰੀ ਤਿੱਖੇ ਹੋਏ ਗਡਾਸਿਆਂ ਦੇ ਵਾਰ ਨਹੀਂ ਉਹ ਚੱਲਦੇ ਹੋਣੀ ਅੱਗੇ ਕਦੇ ਹਥਿਆਰ ਨਹੀਂ ਉਹ ਚੱਲਦੇ ਫੱਤੋਵਾਲ ਦਾ ਸੋਨੂੰ ਕਹਿੰਦਾ ਕਈਆਂ ਮੈਚਾਂ ਦੇ ਵਿੱਚ ਸੁਪਰ ਸਟਾਰ ਨਹੀਂ ਉਹ ਚੱਲਦੇ ਕਈਆਂ ਮੈਚਾਂ ਦੇ ਵਿੱਚ ਸੁਪਰ ਸਟਾਰ ਨਹੀਂ ਚੱਲਦੇ ਫੱਤੋਵਾਲ ਦਾ ਸੋਨੂੰ ਕਬੱਡੀ ਦਾ ਮਹਾਨ ਲੇਖਕ ਉਸ ਵੀਰ ਦਾ ਵੱਡਾ ਧੰਨਵਾਦ ਹੈ ਲਓ ਕਬੱਡੀ ਚੰਗੇ ਦੀ ਹੈ ਤੇ ਮੁਕਾਬਲਾ ਸਿੰਘ ਜੀ ਕਿੰਗ ਦੇ ਨਾਲ ਹੈ ਪੁਆਇੰਟ ਇਸ ਸਮੇਂ ਜਾਫੀ ਦੇ ਖਾਤੇ ਵਿੱਚ ਜੁੜਦਾ ਹੋਇਆ ਲੱਖਾਂ ਜਾਂ ਪੁਆਇੰਟ ਜਾਫੀ ਦੇ ਖਾਤੇ ਵਿੱਚ ਜੁੜਦਾ ਹੋਇਆ ਉੱਧਰ ਅਗਲੀਆਂ
कबड्डी दिया दोनों टीम पुजावन जी ये मुकाबला जिहड़ा समाप्ति वाल नूं वधदा होया वा अगलिया कबड्डी दिया दोनों टीम आप बेनती करते हैं कि वह बिना किसी देरी के खेड मैदान वाल पुजन की कृपालता करन। लो सामने कलवीर भारा शरीर इस समय कबड्डी के खेड मैदान अंदर गभरू की पाई हुई कबड्डी कि लिशकी के पिंडे पैण पट्टा घुगिया साना वाले पेड़ा में ताकतां ने गुजिया कि साना वाले पेड़ा में ताकतां ने गुजिया लखां जा पैण इस समय उधर मियांवाल की टीम दे ने 6 बहुआ दे पॉइंट ने 12 बहुआ की टीम इस मैच दे विच जेतू है कबड्डी के खेड मैदान अंदर वो टीम के कोच हाफ टाइम होया जी हाफ समा वाटर ब्रेक है हाफ समा वाटर ब्रेक है कबड्डी के खेड मैदान अंदर मुकाबला जिहड़ा कबड्डी का टॉप का मैच है। मुकाबला जिहड़ा मुकाबला जिहड़ा समाप्त है बहुआ की टीम इस कबड्डी के मैच में जेतू है उस टीम के कैप्टन कोच वधाई के पात्र ने मेरे वीर लो कबड्डी के खेड मैदान अंदर अगलिया कबड्डी दी दोनों टीम आ गए ने जवान वेखो खिंच के तैयारियां मेहनत के नाल इन्हां बाटियां शिंगारियां लगूगा मैदान में जोर चोटी अड्डी का वो कौडी तो हीरा बन जाए जिन्हों लग जाए इश्क कबड्डी का भाई हैलो जेडे ओपन दे क्लबां दे साडे को खिलाड़ी पहुंचे आ मेहरबानी करके एक एक दो दो प्लेयर इत्थे लागे रहो कि इस करके रहना कि तुसीं बार बार पुछण आउणे आ तुहानूं पता होना चाहिए वी साडा इनवा मैच आ ते लॉस मिनट ध्यान नाल सुण लिया करो बार बार इधर प्रबंध करो दसना मुश्किल हो जाता तो वो अपना नोट कर लिया करो भी इनवा मैच आ बारी ना आ गए भाई आ जिहड़ा अपने लगा ग्राउंड अपना प्रदर्शन कर रहा बजुर्ग इधर साइड ते आ जा ते आ जा इधर ले आ पिछे भाई राहो क्लब दी टीम आई ग्राउंड हाथ खड़ा करो राहो क्लब भाई राहो क्लब चक देसराज दोनों टीम हाथ खड़ा करो ने मैं टीम कट देनी है भाई राहो क्लब दे चक देसराज जे ग्राउंड खाली हो गई लो सामने कबड्डी के खेड मैदान अंदर बावा पा कबड्डी के पॉइंट अपने खाते में जोड़ता होया एक सैड से सिधना एक सैड से ईसरवाल कबड्डी के खेड मैदान अंदर दोनों टीम पंजाब दियां मंदियां परमंदियां टीमां ने
लो सामने इस समय कबड्डी के खेड मैदान अंदर पारा शरीर है हरजीत की कबड्डी है हरजीत की पई हुई कबड्डी से आप टकेंगे कि फैंसिया बीबी जेड़े खड़े मोड़ा से बस पलस्तर लगे समझी सब दे जोड़ा से करके बंद दुकाना कालज वाली छड़क दिया फिर लुकन किते नहीं देने वेखी डांगा खड़क दिया फिर लुकन किते नहीं देने वेखी डांगा खड़क दिया लो कबड्डी के खेड मैदान अंदर संघा सिंह जी किंग अगली कबड्डी पाउण दे लई वाधा होया संघे दी पई हुई कबड्डी एक सैड ते गबरू इस समय कैंची करके बैठ गया मेरे वीर लखा जा पॉइंट इस समय कहते जाफी के खाते में जुड़ता होया चल भी नौजवान पा कबड्डी लो हैप्पी पहला भी कह चुके हेलो ओ छोटे एनू मुंह करे एन करा मुहू पहला बेनती कर चुके उधर लंगर लगाया उधर लंगर थोड़े ले रहा है जिन्ना मर्जी लंगर छको उ जाके उधर जेड़ियां टीमां पुज गईयां फतेह सांझी पालन जी राहो क्लब लो इस समय कबड्डी दे खेड मैदान अंदर जस्सी भारा शरीर है कबड्डी दे खेड मैदान अंदर चक्की दे वेलने दी गोगड़ा वर्गे पट के चक्की दे पुड़ वर्गी छाती जिगरे गाडर ने जू जूझ के हंदियां नूं टच करदे बार्डर ने सी बलविंदर फिड्डा कोड़ा लंबी पारी दा नाल ठरमे खेडे कारी दा लखां दी गल करदा लखा गाजी पुरदा जी खाली हथ गरलाल कदे ना पिछे मुड़दा जी खाली हथ गरलाल कदे ना पिछे मुड़दा जी लो सामने लिशकदे होए पिंडे कबड्डी दे खेड मैदान अंदर ऐन चुंग के बूरियां मज्जां नूं गबरू ने तेरे ने अज मैदान अंदर धरती हिलदी जिथे पैर रख दे के वखरी टौरिया जग जहान अंदर धरती हिलदी जिथे पैर रख दे तारी ठेकेदार मड़ जा लो इस समय सिंह जी किंग कबड्डी के खेड मैदान अंदर अगली कबड्डी पाउण दे लई वाधा होया कबड्डी संघे दी है एक यादविंदर सका मेरे वीर शहीद भाई लखबीर सिंह जी कबड्डी अकैडमी करियाले की तरफों खेलता ते एक संघा आ मेरे वीर संघे की पई हुई कबड्डी है ते लखां जा पॉइंट इस समय जाफी के खाते में जुड़ता होया लखां जा पॉइंट गभरू अपने खाते में जुड़ता होया लो सामने कबड्डी के खेड मैदान अंदर अगली पाउण दे लई गोरा निशो रंग है गभरू का हैप्पी की कबड्डी है चिट्टे रंग दे विच गभरू दे कबड्डी दे खेड मैदान अंदर अगली कबड्डी पाउण दे लई वाधा होया लो सामने चार जाथी चारों ही महान ने कबड्डी दे खेड मैदान अंदर किस खिडारी नाल मुकाबला होवेगा कि अज पेड़ होणगे साना दे महाबली पहलवाना दे कोई बच बचा के नसेगा कोई अगे हो टकेगा कि कहने इन्हां मेहनती इंसानां दे अज पेड़ होणगे साना दे ते महाबली पहलवाना दे लो इस समय पॉइंट हैप्पी दे खाते में जुड़ता है लखां चल भी गभरूगा पा कबड्डी लो सामने बाबा कबड्डी दे खेड मैदान अंदर कबड्डी पाउण दे लई वाधा होया बावे दी पई हुई कबड्डी ते आपां टकांगे एक सैर ते गभरू पुट्ठी पाउण दी करदा होया गल उधर फड़िया गिट्टा छड़ाया गिट्टा ते पॉइंट कहिंदे तावी दे खाते में जुड़ता होया पॉइंट इस समय तावी दे खाते में जुड़ता होया चल भी हैप्पी पा कबड्डी लो सामने कहिंदे बाज वर्गी निगाह हुंदी है जिहड़े तावियां दी ओ हथ जाफी नूं लाई जांदे आ लंघे आणियां जो दे ओ दिन चार जवानी दे जेड़े गभरू सांभ गए छाए जांदे आ गभरू सांभ गए छाए जांदे आ लो कबड्डी दे खेड मैदान अंदर नीना खजूरले दी धरती दा उस खिडारी दा वड्डा धन्नवाद करदे आ उस वीर दे मोह भरे सादे ते अज रब रूपी दर्शकां दे दर्शन करन दा मौका मिलिया लो कबड्डी दे खेड मैदान अंदर हैप्पी कबड्डी पाउण दे लई वाधा होया कि माड़ा खेड के नहीं हुंदा तकड़ा सीधा तकड़ा नहीं कोई जम सकता रातों रात जरा फिर बंदा बन नूं स्टार वो रहिंदा नहीं किसे काम दा कि लीला वाला मोहना गल्लां सच लिखदा हौली हौली बंदा पौड़ी चढ़नी सिखदा कि हौली हौली बंदा पौड़ी चढ़नी सिखदा मक्खन धालीवाल जी बैठे आ उन्हां नूं पता पहला वजनी कबड्डी खेडी जांदी है फिर एक पिंड ओपन कबड्डी खेडी जांदी है फिर जाके बंदा अकैडमी पेश करदा वड्डी घालना घालनी पैंदी है मेरे वीर लो सामने समय पारे शरीर दे विच कबड्डी दे खेड मैदान अंदर जस दी पई हुई कबड्डी है मल चौड़े मदरे दी धरती वर्गा शरीर इस गभरू दा कबड्डी दे खेड मैदान अंदर काले रंग दी पाई हुई गल दे विच गानी
ਤੇ ਪੁਆਇੰਟ ਕਹਿੰਦੇ ਤਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ ਲੱਖਾਂ ਜਾਂ ਪੁਆਇੰਟ ਤਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਹੈਪੀ ਪਾਕ ਵੰਡੀ ਕਹਿੰਦੇ ਕਿਸੇ ਕੋਲ ਨਹੀਂ ਕੋਠਾ ਸੌਣ ਜੋਗਾ ਕੋਈ ਡੰਗਰਾਂ ਨੂੰ ਲੈਂਟਰ ਲਾਈ ਫਿਰਦਾ ਕੋਈ ਮੱਛਰਾਂ ਨੂੰ ਮਾਰਦਾ ਸੌਂ ਜਾਂਦਾ ਕੋਈ ਚੂਚਿਆਂ ਨੂੰ ਜਨਰੇਟਰ ਲਾਈ ਫਿਰਦਾ ਕੋਈ ਰੋਟੀ ਲੱਭਦਾ ਘੂੜੇ ਦੇ ਢੇਰ ਵਿੱਚੋਂ ਕੋਈ ਬੱਚਿਆਂ ਨੂੰ ਪੀਜੇ ਬਰਗਰ ਖਵਾਈ ਫਿਰਦਾ ਕੋਈ ਰੰਗ ਬਰੰਗੀਆਂ ਪਾਵੇ ਪੁਸ਼ਾਕਾਂ ਕੋਈ ਨੰਗਾ ਰਹਿ ਕੇ ਜ਼ਿੰਦਗੀ ਹੰਡਾਈ ਫਿਰਦਾ ਕਿਸੇ ਨੂੰ ਸਾਈਕਲ ਨਹੀਂ ਨਸੀਬ ਹੁੰਦਾ ਕੋਈ ਕੁੱਤੇ ਕਾਰਾਂ 'ਚ ਬਿਠਾਈ ਫਿਰਦਾ ਕਿ ਰਾਣਾ ਮਾਧੋਪੁਰੀਆ ਲੱਭਦਾ ਉਸ ਮਾਲਕ ਨੂੰ ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ ਰਾਣਾ ਮਾਧੋਪੁਰੀਆ ਲੱਭਦਾ ਉਸ ਮਾਲਕ ਨੂੰ ਜਿਹੜਾ ਸਾਰੀ ਇਹ ਲਓ ਸਾਹਮਣੇ ਲੱਖਾਂ ਜਾਂ ਪੁਆਇੰਟ ਇਸ ਸਮੇਂ ਜਾਫੀ ਦੇ ਖਾਤੇ ਵਿੱਚ ਜੁੜਦਾ ਹੋਇਆ ਹੈਪੀ ਦੀ ਪਾਈ ਕਬੱਡੀ ਤੇ ਪੁਆਇੰਟ ਜਾਫੀ ਦੇ ਖਾਤੇ ਵਿੱਚ ਜੁੜਦਾ ਹੋਇਆ ਵੀ ਗੱਭਰੂਆ ਪਾ ਕਬੱਡੀ ਲਓ ਸਾਹਮਣੇ ਇਸ ਸਮੇਂ ਚਾਰ ਜਾਫੀਆਂ ਤੇ ਬੋਲਿਆ ਹੋਇਆ ਧਾਵਾ ਚਾਰ ਜਾਫੀਆਂ ਤੇ ਬੋਲਿਆ ਹੋਇਆ ਧਾਵਾ ਮੇਰੇ ਵੀਰ ਕਬੱਡੀ ਦੇ ਖੇਡ ਮੈਦਾਨ ਅੰਦਰ ਸੋਨੂੰ ਸੋਨੂੰ ਦੀ ਪਾਈ ਸੀ ਕਬੱਡੀ ਨਹੀਂ ਰੀਸ ਐਸਾ ਸੀਨੇ ਨਾਲ ਲਾਇਆ ਕਿ ਤਸੱਲੀ ਹੋ ਗਈ ਇਸ਼ਕੇ ਦੀ ਮਾਰੀ ਵੇ ਮੈਂ ਚੱਲੀ ਹੋ ਗਈ ਇਸ਼ਕੇ ਦੀ ਮਾਰੀ ਵੇ ਮੈਂ ਚੱਲੀ ਹੋ ਗਈ ਲੱਖਾਂ ਜਾਂ ਪੁਆਇੰਟ ਇਸ ਸਮੇਂ ਜਾਫੀ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਕਬੱਡੀ ਕਬੱਡੀ ਦੇ ਖੇਡ ਮੈਦਾਨ ਅੰਦਰ ਅਗਲੀ ਕਬੱਡੀ ਪਾਉਣ ਦੇ ਲਈ ਵੱਧਦਾ ਹੋਇਆ ਹੈਪੀ ਦੀ ਪਾਈ ਹੋਈ ਕਬੱਡੀ ਸਾਹਮਣੇ ਚਾਰ ਜਾਫੀ ਚੀਣ ਦੀ ਕੰਧ ਵਰਗੇ ਨੇ ਚਾਰਾਂ ਦੇ ਵਿੱਚ ਕੌਣ ਮੁਕਾਬਲਾ ਕਰਕੇ ਦਿਖਾਵੇਗਾ ਮੇਰੇ ਵੀਰ ਨਹੀਂ ਰੀਸਾਂ ਉੱਧਰ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾਂ ਨਾਲ ਅੱਖ ਦੇ ਚਮਕਣਾ ਕਮਾਲ ਜਿਹਾ ਹੋ ਗਿਆ ਹੱਥ ਲਾਇਆ ਜਾਫੀ ਨੂੰ ਖੈਰਿਆਂ ਦਾ ਜਿੰਦੂ ਆਉ ਗਿਆ ਤੇ ਆਉ ਗਿਆ ਲੱਖਾਂ ਜਾਂ ਪੁਆਇੰਟ ਤਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਗੱਭਰੂਆ ਪਾ ਕਬੱਡੀ ਲਓ ਬਾਵਾ ਕਬੱਡੀ ਦੇ ਖੇਡ ਮੈਦਾਨ ਅੰਦਰ ਇਸ ਸਮੇਂ ਕਬੱਡੀ ਪਾਉਣ ਦੇ ਲਈ ਵੱਧਦਾ ਹੋਇਆ ਇੱਕ ਬਾਵਾ ਘੜਕੇ ਦੀ ਧਰਤੀ ਦਾ ਜਿੱਥੋਂ ਦੇ ਕਹਿੰਦੇ ਸੁਖਮਨ ਚੋਹਲਾ ਸਾਹਿਬ ਦੀਆਂ ਗੱਲਾਂ ਹੋਈਆਂ ਉੱਥੋਂ ਦਾ ਇਹ ਖਿਡਾਰੀ ਬਾਵਾ ਘੜਕੇ ਦੀ ਧਰਤੀ ਦਾ ਉਹ ਜਾਫੀ ਹੈ ਪਰ ਰੇਡਰ ਮੇਰੇ ਵੀਰ ਲੱਖਾਂ ਜਾਂ ਪੁਆਇੰਟ ਆਪਣੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਗੱਭਰੂਆ ਪਾ ਕਬੱਡੀ ਲਓ ਸਾਹਮਣੇ ਇਸ ਸਮੇਂ ਕਬੱਡੀ ਹਰਜੀਤ ਨੇ ਪਾ ਦਿੱਤੀ ਮੇਰੇ ਵੀਰ ਹਰਜੀਤ ਦੀ ਪਾਈ ਹੋਈ ਕਬੱਡੀ ਤੇ ਆਪਾਂ ਤੱਕਾਂਗੇ ਕਿ ਚਾਰ ਜਾਫੀਆਂ ਦੇ ਵਿੱਚ ਇਸ ਸਮੇਂ ਕੌਣ ਖਿਡਾਰੀ ਡੱਕਣ ਦੀ ਗੱਲ ਕਰੇਗਾ ਚਾਰ ਜਾਫੀ ਉਧਰ ਗੱਭਰੂ ਐ ਤੱਕੀ ਫਿਰਦਾ ਜਿੱਦਾਂ ਭਈਆ ਮਰੂਦਾਂ ਵਾਲੀ ਰੇੜੀ ਤੱਕਦਾ ਹੁੰਦਾ ਇੱਕ ਸਾਈਡ ਤੇ ਪੁੱਠੀ ਪਾਉਣ ਦੀ ਕਰਦਾ ਹੋਇਆ ਗੱਲ ਗੱਭਰੂ ਉਧਰ 365 ਕਬੱਡੀ .com ਆਪਾਂ ਇਹਨਾਂ ਵੀਰਾਂ ਦਾ ਵੀ ਵੱਡਾ ਧੰਨਵਾਦ ਕਰਦੇ ਹਾਂ ਲਾਈਵ ਦਰਸ਼ਨ ਕਹਿੰਦੇ ਅਮਰੀਕਾ ਕੈਨੇਡਾ NRI ਵੀਰਾਂ ਦਾ ਵੀ ਵੱਡਾ ਧੰਨਵਾਦ ਹੈ ਜਿਨ੍ਹਾਂ ਦੇ ਅਧਯੋਗ ਸਦਕਾ ਕਬੱਡੀ ਦਾ ਇਹ ਵੱਡਾ ਸ਼ਾਨਦਾਰ ਤੇ ਜਾਨਦਾਰ ਕੱਪ ਉਧਰ ਵੱਡਾ ਧੰਨਵਾਦ ਪਿੰਡ ਦੀ ਸਮੂਹ ਨਗਰ ਪੰਚਾਇਤ ਦਾ ਪੰਚਾਂ ਸਰਪੰਚਾਂ ਨੰਬਰਦਾਰਾਂ ਦਾ ਤੇ ਲਾਗੇ ਭਰ ਤੋਂ ਪੁੱਜੀਆਂ ਹੋਈਆਂ ਸੰਗਤਾਂ ਦਾ ਵੱਡਾ ਧੰਨਵਾਦ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਹੈਪੀ ਅਗਲੀ ਕਬੱਡੀ ਪਾਉਣ ਦੇ ਲਈ ਵੱਧਦਾ ਹੋਇਆ ਟਿਪ ਟਿਪ ਚੋਂਦਾ ਹੋਇਆ ਪਸੀਨਾ ਬਦਨ ਦੇ ਵਿੱਚ ਲਓ ਸਾਹਮਣੇ ਇਸ ਸਮੇਂ ਵਾਢੀ ਕਰਦੀ ਮਰੱਬਿਆਂ ਵਾਲੀ ਕਿ ਤਿਪ ਤੇ ਪਚੋਵੇ ਮੁੜਕਾ ਵਾਢੀ ਕਰਦੀ ਮਰੱਬਿਆਂ ਵਾਲੀ ਤਿਪ ਤੇ ਪਚੋਵੇ ਮੁੜਕਾ ਲਓ ਸਾਹਮਣੇ ਇਸ ਸਮੇਂ ਕਬੱਡੀ ਦੇ ਖੇਡ ਮੈਦਾਨ ਅੰਦਰ ਹੈਪੀ ਦੀ ਪਈ ਹੋਈ ਕਬੱਡੀ ਪਾਵਿਆ ਮੈਚ ਸਮਾਪਤ ਹੋ ਗਿਆ ਮੇਰੇ ਵੀਰ ਵਿਸਲਾਂ ਵੱਜ ਚੁੱਕੀਆਂ ਨੇ ਮੈਚ ਸਮਾਪਤ ਹੈ ਉਧਰ ਸਿੱਧੜਾਂ ਦੇ ਪੁਆਇੰਟ ਨੇ ਜੀ 13 ਤੇ ਈਸਰਵਾਲ ਦੇ ਪੁਆਇੰਟ ਨੇ 8 ਮੁਕਾਬਲਾ ਜਿਹੜਾ ਸਮਾਪਤ ਹੈ ਉਧਰ ਬਜ਼ੁਰਗ ਖਿਡਾਰੀ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰਦੇ ਉਸ ਬਜ਼ੁਰਗ ਖਿਡਾਰੀ ਦੇ ਨਾਂ ਤੇ ਕਿ ਬੱਲੇ ਬਾਬਾ ਤੇਰੇ ਤੁਰਦਾ ਤੋਰ ਸ਼ਕੀਨਾ ਇੱਥੇ ਦੇਖਿਓ ਕਿ ਬੱਲੇ ਬਾਬਾ ਤੇਰੇ ਤੁਰਦਾ ਤੋਰ ਸ਼ਕੀਨਾ ਦੀ ਹੋਈ ਗੁਲਾਮ ਜਵਾਨੀ ਕਿ ਅੱਜ ਕੱਲ੍ਹ ਦੌੜ ਮਸ਼ੀਨਾਂ ਦੀ ਬਹੁਤ ਲੱਗ ਰਿਹਾ ਖਜੂਲਾ ਧਾਲੀਵਾਲ
ਮੈਂ ਖਜੂਰ ਲੈਣੇ ਆ ਗਿਆ ਤਾਲੀ ਵਾਲਾ ਵਾਲੀ ਆ ਜਾ ਹੋ ਗਰਾਊਂਡ ਚ ਹੈਲੋ ਹੈਲੋ ਬਾਈ ਸਾਈਕਲ ਵਾਲੇ ਸਾਈਕਲ ਇੱਥੇ ਲਿਆ ਡੱਬੇ ਚ ਬਾਹਰ ਵਿੱਚ ਨਹੀਂ ਗਰਾਊਂਡ ਇੱਥੇ ਲਿਆ ਗਿਆ ਬਾਹਰ ਡੱਬੇ ਚ ਲੈ ਗਏ ਬਾਬਾ ਛੱਡ ਦੇ ਖੇੜਾ ਹੁਣ ਕਿ ਬੱਲਿਓ ਬਾਬਾ ਤੇਰੇ ਤੁਰਦਾ ਤੋਰ ਸ਼ਕੀਨਾ ਦੀ ਬਈ ਕਿਸੇ ਨੇ ਕੋਈ ਪ੍ਰਦਰਸ਼ਨ ਕਰਨਾ ਗਰਾਊਂਡ ਤੋਂ ਬਾਹਰ ਆ ਡੱਬਾ ਬਣਿਆ ਬਾਹਰ ਸਾਈਕਲ ਵਾਲੇ ਤੈਨੂੰ ਪਤਾ ਲੱਗ ਗਿਆ ਨਾ ਵੀ ਲਿਆ ਬਾਹਰ ਲਿਆ ਬਾਹਰ ਲਿਆ ਉਧਰ ਇਹ ਖਿਡਾਰੀ ਦੰਦਾਂ ਦੇ ਨਾਲ ਸਾਈਕਲ ਚੁੱਕ ਕੇ ਦਿਖਾ ਦਿੱਤਾ ਇੱਧਰ ਵਿਸ਼ਾਲ ਸਿੰਘ ਉਮਰ 10 ਸਾਲ 50 ਡੰਡ ਕੱਢ ਕੇ ਦਿਖਾਵੇਗਾ ਇਸ ਖਿਡਾਰੀ ਦਾ ਵੀ ਮਾਣ ਸਤਿਕਾਰ ਕਰਨਾ ਉਧਰ ਬਜ਼ੁਰਗ ਖਿਡਾਰੀ 30 ਸੈਕਿੰਡ ਘੱਟੋ ਘੱਟ 1 ਮਿੰਟ ਜਿਹੜਾ ਗਰਦਨ ਦੇ ਉੱਪਰ ਪੁੱਠਾ ਖੜਾ ਹੋ ਗਿਆ ਮੇਰੇ ਵੀਰ ਇਸ ਖਿਡਾਰੀ ਦਾ ਵੀ ਮਾਣ ਸਤਿਕਾਰ ਜਿਹੜਾ ਜ਼ਰੂਰ ਕਰਨਾ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਹਰਦੀਪ ਸਿੰਘ ਤੋਂ ਲਿਸਟ ਬੜੀ ਲੰਮੀ ਲਿਖੀ ਫਿਰਦਾ ਹਰਦੀਪ ਸਿੰਘ ਜਲੰਧਰ ਤੋਂ ਕਬੱਡੀ ਦੀ ਗਰਾਊਂਡ ਦੇ ਬਾਹਰ 20 ਚੱਕਰ ਦੌੜ ਕੇ ਦਿਖਾਵੇਗਾ ਇਸ ਖਿਡਾਰੀ ਦਾ ਵੀ ਮਾਣ ਸਨਮਾਨ ਜਿਹੜਾ ਜ਼ਰੂਰ ਕਰਨਾ ਮੇਰੇ ਵੀਰ ਲਓ ਕਬੱਡੀ ਦੇ ਖੇਡ ਮੈਦਾਨ ਅੰਦਰ ਹੈਲੋ ਕਿਹੜੀ ਟੀਮ ਆਈ ਗਰਾਊਂਡ 'ਚ ਨਾਂ ਦੱਸੋਗੇ ਕਿਹੜੀ ਟੀਮ ਗਰਾਊਂਡ 'ਚ ਆ ਰਹੀ ਹੈ ਹੈਲੋ ਇੱਕ ਖਿਡਾਰੀ ਨਾਂ ਦੱਸੋ ਕਿ ਟੀਮ ਤੁਹਾਡੀ ਕਿਹੜੀ ਆ ਹੈਲੋ ਹਾਂਜੀ ਮੈਂ ਖਲੋਣਾ ਨਹੀਂ ਹੈਗਾ ਹੁਣ ਸਾਡੀ ਗਰਾਊਂਡ ਖਾਲੀ ਹੋ ਚੁੱਕੀ ਹੈ ਸਹੀ ਆ ਨਹੀਂ ਖਲੋਣਾ ਹੈਗਾ ਬਈ ਕੱਡਾ ਦੇ ਆਮ ਸੰਧਾ ਦੋਨੇ ਟੀਮਾਂ ਗਰਾਊਂਡ 'ਚ ਆਓ ਧਾਲੀਵਾਲ ਤੇ ਖਜੂਰਲੇ ਦੀਆਂ ਟੀਮਾਂ ਦੇ ਦਰਮਿਆਨ ਟੱਡਾ ਤੇ ਰੰਧਾਵਾ ਮਸੰਦਾਂ ਦੀਆਂ ਟੀਮਾਂ ਕਬੱਡੀ ਦੇ ਖੇਡ ਮੈਦਾਨ ਅੰਦਰ ਸਿਰਫ 1 ਮਿੰਟ ਦਾ ਸਮਾਂ ਹੈ ਮੇਰੇ ਵੀਰ ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦੇ ਹੁਣ ਬਿਨਾਂ ਕਿਸੇ ਦੇਰੀ ਦੇ ਖੇਡ ਮੈਦਾਨਾਂ ਵੱਲ ਆਉਣ ਦੀ ਕਿਰਪਾਲਤਾ ਕਰਨ ਕਬੱਡੀ ਦੇ ਖੇਡ ਮੈਦਾਨ ਅੰਦਰ ਕਬੱਡੀ ਦੇ ਟੌਪ ਦੇ ਮੈਚ ਐਨ ਸਿਰੇ ਦੇ ਮੈਚ ਖੇਡੇ ਜਾ ਰਹੇ ਨੇ ਉਧਰ ਭਰ ਗਰਮੀ ਦੇ ਵਿੱਚ ਮੈਚਾਂ ਦਾ ਆਨੰਦ ਮਾਣਦੇ ਹੋਏ ਰੱਬ ਰੂਪੀ ਦਰਸ਼ਕ ਆਪਾਂ ਉਹਨਾਂ ਵੀਰਾਂ ਦਾ ਵੀ ਵੱਡਾ ਧੰਨਵਾਦ ਕਰਦੇ ਹਾਂ ਉਧਰ ਟੈਕਨੀਕਲ ਟੇਬਲ ਤੋਂ ਦੱਸਿਓ ਜੀ ਹੁਣ ਕਿਹੜੀ ਟੀਮ ਦਾ ਮੁਕਾਬਲਾ ਹੋਣਾ ਚੱਕ ਦੇਸਰਾਜ ਤੇ ਰਾਹੋ ਚੱਕ ਦੇਸਰਾਜ ਤੇ ਰਾਹੋ ਦੀਆਂ ਟੀਮਾਂ ਚੱਕ ਦੇਸਰਾਜ ਤੇ ਰਾਹੋ ਦੀਆਂ ਟੀਮਾਂ ਕਬੱਡੀ ਦੇ ਖੇਡ ਮੈਦਾਨ ਅੰਦਰ ਪੁੱਜਾਵਣ ਜੀ ਕਿਹੜੀ ਟੀਮ ਪੁੱਜ ਗਈ ਹੈ ਹੈਲੋ ਰਾਹੋ ਦੀ ਟੀਮ ਪੁੱਜ ਗਈ ਹੈ ਚੱਕ ਦੇਸਰਾਜ ਦੀ ਟੀਮ ਪੁੱਜੇ ਜੀ ਕਬੱਡੀ ਦੇ ਖੇਡ ਮੈਦਾਨ ਅੰਦਰ ਤਾਰੀ ਠੇਕੇਦਾਰ ਤਾਰੀ ਠੇਕੇਦਾਰ ਆਈ ਬਈ ਟੰਡਾ ਤੇ ਰਾਮ ਸੰਤਾਂ ਨੂੰ 1 ਮਿੰਟ ਦੀ ਕਾਲ ਆ ਖਜੂਰਲਾਲ ਧਾਲੀਵਾਲ ਆ ਬਈ ਪਿੱਛੇ ਗਰਾਊਂਡ 'ਚ ਦੋ ਦੋ ਟੀਮਾਂ ਬੈਠੀਆਂ ਹੋਣੀਆਂ ਚਾਹੀਦੀਆਂ ਅੱਗੇ ਜੇ 1 ਮੈਚ ਨਹੀਂ ਹੋਇਆ ਦੂਸਰਿਆਂ ਨੂੰ ਉੱਥੇ ਪਹਿਲਾਂ ਖੇਲਣਾ ਪੈਣਾ ਨਹੀਂ ਤਾਂ ਉਹ ਵੀ ਕੱਟ ਹੋ ਜਾਣੀਆਂ ਆ ਮੈਂ ਕੋਈ ਟੀਮਾਂ ਲਾਂਚ ਕਰਨ ਲੱਗਾ ਸੁਣ ਲਓ ਇਹਦੇ ਵੀ 1 ਮੈਚ ਖਤਮ ਹੈ ਤਾਂ ਤੁਸੀਂ ਗਰਾਊਂਡ 'ਚ ਨਾ ਦੋ ਦੋ ਟੀਮਾਂ ਪਿੱਛੇ ਬੈਠੀਆਂ ਹੋਣੀਆਂ ਚਾਹੀਦੀਆਂ ਬਈ ਖਜੂਰਲਾਲ ਧਾਲੀਵਾਲ ਟੰਡਾ ਰਸਾਵਾ ਮਸੰਦਾ ਭਾਈ ਸਾਧੂ ਕਬੱਡੀ ਕਲੱਬ ਰੋੜਕਾ ਕਲਾ ਬਾਬਾ ਦੇਹ ਸਰ ਕਲੱਬ ਬਿਲਗਾ ਵਰਸਸ ਗੋਲਡੀ ਕਲੱਬ ਹਰੀਪੁਰ ਕੋਠੇ ਜੱਟਾ ਕਬੱਡੀ ਕਲੱਬ ਵਰਸਸ ਨੰਗਲ ਸਰਾਲਾ 9ਵੇਂ ਸਾਧੋਵਾਲ ਵਰਸਸ ਮਡਾਲੀ ਦਰਬਾਰ 10ਵੇਂ ਮੈਚ ਬੜਾ ਪਿੰਡ ਵਰਸਸ ਪੱਤੜ ਕਲਾਂ 11ਵੇਂ ਮੈਚ ਸੁਰਖਪੁਰ ਵਰਸਸ ਸ਼ਾਹਕੋਟ 12ਵੇਂ ਮੈਚ ਨਾਨੋਵਾਲ ਵਰਸਸ ਫਤਿਹਗੜ੍ਹ ਸਾਹਿਬ ਫਲਫੋਤਾ ਹੈਲੋ
मगर ही तेरहवा मैच रोड़का भाई एफ सी शंकर गौशाला, चौदहवा मैच छोकरा वर्सस सुल्तानपुर लोधी, पंद्रहवा मैच डेरा बाबा नानक वर्सस एन आर आई स्पोर्ट्स क्लब मंडी, सोलहवा मैच भलाना वर्सस चीमा कला, सतारवा मैच चिट्टी वर्सस करीहा, अठारवा मैच खेड़ी भरना वर्सस गढ़िया, ਬੀਮਾ ਮੈਚ ਮੋਹਾਲੀ ਬਸ ਪਹਾੜਾ, ਇੱਕੀਵਾਂ ਮੈਚ ਘੋਗਸ਼ੋਰ ਬਸ ਢਿਲਵਾ, ਬਾਈਵਾਂ ਬਾਲਾ ਜੂਥ ਕਲੱਬ ਬਸ ਕਾਜਲੀ, ਤੇਈਵਾਂ ਮੈਚ ਆਜ਼ਾਦ ਕਬੱਡੀ ਕਲੱਬ ਲਿਤਰਾ ਬਸ ਆਕਾਸ਼ ਔਰ ਮੋਗਾ ਕਲੱਬ, ਚੌਵੀਵਾਂ ਮੈਚ ਚੜ੍ਹਦੀ ਕਲਾ ਕਲੱਬ ਜਲੰਧਰ ਬਸ ਕੁੱਕੜ ਪਿੰਡ, ਉਸ ਤੋਂ ਬਾਅਦ ਛੱਬੀਵਾਂ ਮੈਚ ਬਾਬਾ ਅਮਰਾਜ ਸ਼ਾਹ ਕਲੱਬ ਕਪੂਰਾ ਬਸ ਕੁਸੀਆ ਪੀ, ਇਹ ਪੱਚੀ ਛੱਬੀਵਾਂ ਮੈਚ ਲੋਕਾਂ ਬਸ ਚੰਦੀ ਪਹੁੰਚੇ ਨੇ, ਬਹੁਤ ਬਹੁਤ ਇਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ, ਭੁਪਿੰਦਰ ਸਿੰਘ ਡੀ ਐਸ ਪੀ ਹਰਬੰਸ ਸਿੰਘ ਚੰਦੀ ਸਟੇਜ ਉੱਪਰ ਬਿਰਾਜਮਾਨ ਹੋਣ ਤੇ ਪ੍ਰਬੰਧਕਾਂ ਵੱਲੋਂ ਜੀ ਆਇਆ। ਚੱਲ ਵੀ ਰਿੰਕਿਆ ਪਾ ਕਬੱਡੀ ਲਓ ਸਾਹਮਣੇ, ਰਿੰਕਾ ਕਬੱਡੀ ਦੇ ਖੇਡ ਮੈਦਾਨ ਅੰਦਰ ਛੋਟਾ ਕਾਦਾ ਹੈ, ਗੋਰਾ ਨਿਸ਼ੋਰ ਰੰਗ ਲਓ ਸਾਹਮਣੇ, ਰਿੰਕੇ ਦੀ ਪਾਈ ਹੋਈ ਕਬੱਡੀ ਸਾਹਮਣੇ, ਹਨੀ ਵਰਗੇ ਬਿੰਦੇ ਵਰਗੇ ਸੁੱਖੇ ਵਰਗੇ ਕਬੱਡੀ ਦੇ ਚਾਰ ਟੌਪ ਦੇ ਜਾਫੀ ਕਬੱਡੀ ਦੇ ਖੇਡ ਮੈਦਾਨ ਅੰਦਰ ਇਸ ਸਮੇਂ, ਹਨੀ ਕਰਦਾ ਹੈ ਡੱਕਣ ਦੀ ਗੱਲ, ਡੱਕ ਪਾਵੇਗਾ ਕਿ ਨਹੀਂ ਮਿੱਤਰੋ, ਇਸ ਸਮੇਂ ਕਬਰੂ ਭੱਜਿਆ ਆਉਂਦਾ ਮਿਰਜੇ ਦੀ ਬੱਕੀ ਵਾਂਗੂ, ਵੈਂਡ ਕਹਿੰਦੇ ਤਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ, ਚੱਲ ਵੀ ਕਬਰੂਗਾ ਪਾ ਕਬੱਡੀ ਸਿੰਘ ਜੀ ਕਿੰਗ ਕਬੱਡੀ ਦੇ ਖੇਡ ਮੈਦਾਨ ਅੰਦਰ ਅਗਲੀ ਕਬੱਡੀ ਪਾਉਣ ਦੇ ਲਈ ਵੱਧਦਾ ਹੋਇਆ ਕਿ ਵਿਸਲ ਰੈਫਰੀ ਨੇ ਦੋਸਤੋ ਮਾਰ ਦਿੱਤੀ, ਮੱਥਾ ਰੇਡਰ ਨੇ ਹੰਧਿਆਂ ਚ ਟੇਕ ਦਿੱਤਾ, ਉਧਰ ਚੈਨ ਬਣਾਈ ਚੌਹਾਂ ਜਾਫੀਆਂ ਨੇ, ਸਵਾਗਤ ਦਰਸ਼ਕਾਂ ਤਾੜੀਆਂ ਨਾਲ ਕੀਤਾ, ਕਿਨ ਕਿਉਂਦੀਆਂ ਚੂਰੀਆਂ ਖਾਧੀਆਂ ਨੇ, ਅੱਧ ਰਿੜਕੇ ਦਾ ਛੰਨਾ ਕਿਣ ਪੀਤਾ, ਬਿਨ ਗਰਾਊਂਡਾਂ ਵਿੱਚ ਛਿਲੇ ਕਮਾਏ ਜਿਨ੍ਹਾਂ, ਮੋਰਚਾ ਫਤਿਹ ਦਾ ਉਹਨਾਂ ਨੇ ਸਰ ਕੀਤਾ ਕਿ ਮੋਰਚਾ ਫਤਿਹ ਦਾ ਉਹਨਾਂ ਨੇ ਸਰ ਕੀਤਾ। ਲਓ ਸਾਹਮਣੇ ਕਬੱਡੀ ਦੇ ਮੈਦਾਨ ਅੰਦਰ ਉੱਚਾ ਲੰਮਾ ਕੱਦ ਇਸ ਸਮੇਂ ਸ਼ਕੀਨ ਜਾਂ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਹੋਇਆ, ਸ਼ਕੀਨ ਜਾਂ ਗੱਭਰੂ ਇਸ ਸਮੇਂ ਕਬੱਡੀ ਦੇ ਖੇਡ ਮੈਦਾਨ ਅੰਦਰ ਕਬੱਡੀ ਪਾ ਤੇ ਪੁਆਇੰਟ ਆਪਣੇ ਖਾਤੇ ਵਿੱਚ ਜੋੜਦਾ ਹੋਇਆ। ਲਓ ਸਾਹਮਣੇ ਸੁੱਖਾ ਪਾ ਕਬੱਡੀ, ਚੱਲ ਵੀ ਕਿੰਨੀਆਂ ਪਾ ਕਬੱਡੀ, ਇੱਕ ਕਿੰਦਾ ਕਹਿੰਦੇ ਰਾਜੋ ਕਹਿੰਦੀ ਧਰਤੀ ਦਾ, ਮੇਰੇ ਵੀਰ ਮਾਝਾ ਖਾਲਸਾ ਕਬੱਡੀ ਕਲੱਬ ਘੜਿਆਲੇ ਵੱਲੋਂ ਖੇਡਦਾ ਇੱਕ ਕਿੰਦਾ ਤੁਹਾਡੇ ਸਾਹਮਣੇ, ਆਹ ਨੌਜਵਾਨ ਕਬੱਡੀ ਦੇ ਖੇਡ